ਦੇ ਸਾਰੇ ਸ਼ਹਿਰ ਦੀਆਂ ਕੁਰਸੀਆਂ ਗਲੀਆਂ ਚੋਂ ਘੁੰਮ ਕੇ ਅਸੀਂ ਇੱਥੇ ਰਾਮ ਬਾਗ ਗਾਰਡਨਸ ਦੇ ਵਿੱਚ ਬੈਠੇ ਹਾਂ। ਸਭ ਨੂੰ ਧੰਨਵਾਦ ਹੈ ਕਿ ਤੁਸੀਂ ਹਰ ਕੋਈ ਬੱਚੇ, ਹਰ ਉਮਰ ਦੀ, ਹਰ ਅਵਸਥਾ ਦੇ ਲੋਕ, ਹਰ ਸੰਸਥਾ ਦੇ ਮੁਖੀ ਇੱਥੇ ਆ ਕੇ ਔਰ ਸਾਨੂੰ ਜੁਆਇਨ ਕੀਤਾ ਉਹਨਾਂ ਨੇ ਇੱਥੇ ਔਰ ਸਾਥ ਦਿੱਤਾ ਪੂਰਾ। ਮੈਨੂੰ ਇਹ ਵੀ ਖੁਸ਼ੀ ਹੈ ਕਿ ਇਹ ਦਿਨ ਜਿਹੜਾ ਹੈਗਾ ਇਸ ਨੂੰ ਮਨਾਉਣ ਦੇ ਵਿੱਚ ਸਪੋਰਟ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ, ਸਪੋਰਟ NCC ਵੱਲੋਂ ਕਰਨਲ ਕਮਾਂਡਰ ਸਾਹਿਬ ਆਏ ਨੇ ਇੱਥੇ, ਉਹਨਾਂ ਵੱਲੋਂ ਸਪੋਰਟ ਹਰ NGO ਵਾਲੇ ਵੱਲੋਂ, ਭਾਵੇਂ ਵੋਇਸ ਆਫ ਅੰਮ੍ਰਿਤਸਰ ਹੈ, ਭਾਵੇਂ ਅੰਮ੍ਰਿਤਸਰ ਵਿਕਾਸ ਮੰਚ ਹੈ, ਭਾਵੇਂ ਖੁਦਾਈ ਖਿਦਮਤਕਾਰਾਂ ਨੇ, ਭਾਵੇਂ ਭਲਾਈ ਕੇਂਦਰ ਨੇ, ਹਰ ਕਿਸੇ ਨੇ ਇਸ ਈਕੋ ਅੰਮ੍ਰਿਤਸਰ ਦੇ ਪ੍ਰੋਗਰਾਮ ਨੂੰ ਸਪੋਰਟ ਦਿੱਤੀ ਔਰ ਉਸਨੂੰ ਅਪਣਾਇਆ। ਅਸੀਂ 5 ਸਾਲ ਪਹਿਲੇ ਜਦੋਂ ਇਹ ਮੁਹਿੰਮ ਚਾਲੂ ਕੀਤੀ ਸੀ ਈਕੋ ਅੰਮ੍ਰਿਤਸਰ ਦੀ, ਉਦੋਂ ਤੋਂ ਹੀ ਅੰਮ੍ਰਿਤਸਰ ਸਥਾਪਨਾ ਦਿਵਸ ਸ਼ੁਰੂ ਕੀਤਾ ਮਨਾਉਣਾ। ਮੈਨੂੰ ਖੁਸ਼ੀ ਹੈ ਕਿ ਇਹ ਪ੍ਰੋਗਰਾਮ ਜਿਹੜਾ ਈਕੋ ਅੰਮ੍ਰਿਤਸਰ ਦਾ, ਜਿਸ ਦਾ ਟੀਚਾ ਸੀ ਕਿ 2017 ਤੱਕ, ਇਸ ਸਾਲ ਤੱਕ ਅਸੀਂ ਕੋਈ ਨਾ ਕੋਈ ਫਰਕ ਜ਼ਰੂਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪਾ ਸਕੀਏ, ਕੋਈ ਪਰਿਵਰਤਨ ਲਾ ਸਕੀਏ, ਉਸ ਦੇ ਵਿੱਚ ਹਰ ਕਿਸੇ ਨੇ ਸਾਥ ਦਿੱਤਾ, ਹਰ ਸੰਸਥਾ ਨੇ ਸਾਥ ਦਿੱਤਾ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਸਾਥ ਦਿੱਤਾ, SGPC ਨੇ ਸਾਥ ਦਿੱਤਾ, ਇੱਥੋਂ ਤੱਕ ਕਿ ਸਾਡੀ ਗੱਲ ਬਣ ਕੇ ਇੱਥੇ ਔਰਗੈਨਿਕ ਲੰਗਰ ਦਾ ਕੰਮ ਸ਼ੁਰੂ ਕੀਤਾ। ਔਰਗੈਨਿਕ ਲੰਗਰ ਸਤਲਾਨੀ ਸਾਹਿਬ ਗੁਰਦੁਆਰੇ ਦੇ ਆਸ ਪਾਸ 86 ਏਕੜ ਦੀ ਜ਼ਮੀਨ ਹੈ, ਉਸ ਵੇਲੇ ਪ੍ਰਧਾਨ ਸਾਹਿਬ ਨੇ ਇਹ ਗੱਲ ਮੰਨ ਕੇ ਕਿ ਉਸ 'ਤੇ ਔਰਗੈਨਿਕ ਕਲਟੀਵੇਸ਼ਨ, ਕੁਦਰਤੀ ਖੇਤੀ ਉੱਥੇ ਸ਼ੁਰੂ ਕਰਨ ਦਾ ਦੀ ਮੁਹਿੰਮ ਚਾਲੂ ਕੀਤੀ। ਮੈਨੂੰ ਇਹ ਵੀ ਖੁਸ਼ੀ ਹੈ ਕਿ ਉਹ ਮੁਹਿੰਮ ਜਿਹੜੀ 3 ਏਕੜ ਜ਼ਮੀਨ ਦੇ ਉੱਪਰੋਂ ਸ਼ੁਰੂ ਹੋਈ ਸੀ, ਅੱਜ 13 ਏਕੜ ਤੋਂ ਜ਼ਿਆਦਾ ਉੱਥੇ ਜ਼ਮੀਨ 'ਤੇ ਲੰਗਰ ਜਿਹੜਾ ਹੈਗਾ ਕੁਦਰਤੀ ਖੇਤੀ ਦਾ ਹੋ ਕੇ ਔਰ ਇੱਥੇ ਸ਼ਹਿਰ ਦੇ ਵਿੱਚ ਆਉਂਦਾ। ਅਸੀਂ ਹਰ ਹਫ਼ਤੇ ਸ਼ਹਿਜ਼ਾਦਾ ਨੰਦ ਕਾਲਜ ਇੱਥੇ ਇੱਕ ਔਰਗੈਨਿਕ ਮੰਡੀ ਦਾ ਵੀ ਚਲਨ ਕਰਦੇ ਹਾਂ ਔਰ ਉੱਥੇ ਤੁਸੀਂ ਦੇਖੋਗੇ ਕਿ ਜਿਹੜੇ ਕਿਸਾਨ ਨੇ ਆਪ ਕੁਦਰਤੀ ਖੇਤੀ ਕਰਕੇ ਔਰ ਆਪਣਾ ਸਮਾਨ, ਫਲ, ਸਬਜ਼ੀਆਂ ਉੱਥੇ ਲੈ ਕੇ ਆਉਂਦੇ ਨੇ ਔਰ ਜਿਹੜੇ ਲੋਕ ਜਿਹੜੇ ਰੈਕੋਗਨਾਈਜ਼ ਕਰਦੇ ਨੇ ਕਿ ਇਹ ਜਿਹੜੀਆਂ ਸਬਜ਼ੀਆਂ ਸਾਨੂੰ ਆਮ ਮਿਲਦੀਆਂ ਪਈਆਂ ਉਹ ਪੈਸਟੀਸਾਈਡ ਕੈਮੀਕਲ ਦੇ ਨਾਲ ਬਣੀਆਂ ਹੋਈਆਂ ਨੇ, ਇਸ ਵਿੱਚ ਸਿਹਤ ਦੇ ਵਾਸਤੇ ਬਹੁਤ ਹਾਨੀਕਾਰਕ ਹੈ ਔਰ ਉਹਨਾਂ ਸਾਰਿਆਂ ਨੂੰ ਛੱਡ ਕੇ ਉੱਥੇ ਆ ਕੇ ਖਰੀਦਦੇ ਨੇ, ਕਿਸਾਨਾਂ ਨੂੰ ਮਿਲਦੇ ਨੇ, ਉਹਨਾਂ ਨੂੰ ਮੋਟੀਵੇਟ ਕਰਦੇ ਨੇ ਕਿ ਉਹ ਆਪਣਾ ਕੰਮ ਹੋਰ ਉਹਦਾ ਆਪਣਾ ਰਕਬਾ ਜਿਹੜਾ ਹੈਗਾ ਕੁਦਰਤੀ ਖੇਤੀ ਦੀ ਉਹਦਾ, ਇਸ ਦੇ ਇਲਾਵਾ ਬਾਕੀ ਦਾ ਵੀ ਸਮਾਨ ਜਿਹੜਾ ਹੈਗਾ ਉਹਨਾਂ ਨੂੰ ਅੱਗੇ ਵਰਤ ਕੇ ਅਤੇ ਭਾਵੇਂ ਅਚਾਰ ਹੋਣ, ਭਾਵੇਂ ਸਾਬਣ ਹੋਣ, ਇਹ ਸਾਰੀਆਂ ਚੀਜ਼ਾਂ ਵੀ ਉੱਥੇ ਆਪਣਾ ਮੁਹੱਈਆ ਕੀਤੀਆਂ ਜਾਂਦੀਆਂ ਨੇ। ਮੈਨੂੰ ਇਹ ਵੀ ਖੁਸ਼ੀ ਹੈ ਕਿ ਇਸ ਸ਼ਹਿਰ ਨੇ ਦੇ ਵਿੱਚ ਕੁਛ ਨਾ ਕੁਛ ਫਰਕ, ਮੈਂ ਨਹੀਂ ਕਹਾਂਗਾ ਕਿ ਸਾਰੀ ਪ੍ਰੋਬਲਮ ਹੱਲ ਹੋ ਗਈ ਹੈ, ਬਹੁਤ ਚੈਲੇਂਜਸ ਨੇ, ਬਹੁਤ ਪ੍ਰੋਬਲਮਸ ਨੇ, ਪਰ ਇਹਨਾਂ ਨੂੰ ਅਸੀਂ ਅਗਲੇ 10 ਸਾਲ ਦਾ ਅਗਰ ਅਸੀਂ ਟੀਚਾ ਬਣੀਏ ਕਿ ਇਹ ਪ੍ਰੋਬਲਮਸ ਨੂੰ ਵੀ ਹੱਲ ਅਸੀਂ ਆਪ ਸਾਰਿਆਂ ਨੇ ਰਲ ਕੇ ਕਰਨਾ, ਸਿਰਫ ਮਿਊਂਸੀਪਲ ਕਾਰਪੋਰੇਸ਼ਨ ਦੇ ਸਿਰ 'ਤੇ ਜਾਂ ਉਹਨਾਂ ਦੇ ਮੋਢਿਆਂ 'ਤੇ ਜਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਮੋਢਿਆਂ ਦੇ ਉੱਪਰ ਅਗਰ ਅਸੀਂ ਪਾ ਦੇਈਏ ਅਤੇ ਉਹ ਐਕਸਪੈਕਟ ਕਰੀਏ ਕਿ ਉਹ ਸਭ ਕੁਝ ਅਸੀਂ ਗੰਦ ਪਾਈ ਜਾਈਏ ਅਤੇ ਉਹ ਚੁੱਕੀ ਜਾਣ, ਇਹ ਵੀ ਬਿਲਕੁਲ ਗਲਤ ਹੈ। ਸਾਡਾ ਮੋਟੋ ਸ਼ੁਰੂ ਤੋਂ ਇਹੀ ਰਿਹਾ ਹੈਗਾ, ਅੰਮ੍ਰਿਤਸਰ ਮਾਈ ਸਿਟੀ ਮਾਈ ਪ੍ਰਾਈਡ ਮਾਈ ਰਿਸਪੋਂਸੀਬਿਲਿਟੀ, ਅੰਮ੍ਰਿਤਸਰ ਮੇਰਾ ਸ਼ਹਿਰ ਹੈ, ਹਰ ਸ਼ਹਿਰ ਵਾਸੀ ਇਹ ਸਮਝੇ ਕਿ ਮੇਰਾ ਸ਼ਹਿਰ ਹੈ, ਹਰ ਸ਼ਹਿਰ ਵਾਸੀ ਇਹ ਸਮਝੇ ਕਿ ਇਹ ਮੇਰਾ ਮਾਣ ਹੈ ਔਰ ਇਹ ਵੀ ਸਮਝੇ ਕਿ ਮੇਰੀ ਜ਼ਿੰਮੇਵਾਰੀ ਹੈ। ਇਹ ਚੀਜ਼ਾਂ ਬਹੁਤ ਜ਼ਰੂਰੀ ਨੇ। ਇਹ ਸ਼ਹਿਰ ਜਦੋਂ ਗੁਰੂ ਸਾਹਿਬ ਨੇ ਵਸਾਇਆ ਤਾਂ ਇੱਕ ਛੋਟਾ ਜਿਹਾ ਇੱਕ ਕਸਬਾ ਸੀ, ਇੱਕ ਚੱਕ ਸੀ, ਚੱਕ ਰਾਮਦਾਸਪੁਰ ਸੀ। ਅੱਜ 13 ਲੱਖ ਸਿਟੀਜ਼ਨਸ ਨੇ ਇੱਥੇ, ਇਹਦੇ ਇਲਾਵਾ 1.25 ਲੱਖ ਇੱਥੇ ਯਾਤਰੂ ਹੈ ਜਿਹੜਾ ਰੋਜ਼ ਇੱਥੇ ਆਉਂਦਾ, 700 ਤੋਂ 800 ਟਨ ਦਾ ਵੇਸਟ ਜਨਰੇਟ ਕੀਤਾ ਜਾਂਦਾ। ਪਰ ਅਸੀਂ ਇਸ ਪ੍ਰੋਗਰਾਮ ਦੇ ਅਧੀਨ ਜਿਹੜੇ ਪ੍ਰੋਗਰਾਮ ਸੀ ਉਹ ਰਿਸਪੋਂਸੀਬਿਲਿਟੀ ਦਾ ਪ੍ਰੋਗਰਾਮ, ਸੈਂਸੀਬਿਲਿਟੀ ਦਾ ਪ੍ਰੋਗਰਾਮ ਅਸੀਂ ਅਪਣਾਇਆ ਕਿ ਹਰ ਕਿਸੇ ਨੂੰ ਚਾਹੀਦਾ ਕਿ ਆਪਣੇ ਘਰ ਆਪਣੇ ਅੰਦਰ ਪਹਿਲੇ ਜਾਣ ਕੇ ਦੇਖੇ, ਆਪਣਾ ਘਰ ਜਿਹੜਾ ਗਾਰਬੇਜ ਫ੍ਰੀ ਕਰੇ, ਆਪਣਾ ਆਲਾ ਦੁਆਲਾ ਫਿਰ ਦੇਖੇ, ਉਹਨੂੰ ਹਰਿਆਵਲ ਕਰੇ ਔਰ ਉਸ ਨੂੰ ਸਾਫ਼ ਸੁਥਰਾ ਕਰੇ।
ਫਿਰ ਉਸ ਤੋਂ ਬਾਅਦ ਕਮਿਊਨਿਟੀ ਦੇ ਪਾਰਕਸ ਲੈ ਲਓ, ਉਹਨਾਂ ਨੂੰ ਜ਼ੀਰੋ ਗਾਰਬੇਜ ਪਾਰਕਸ ਅਸੀਂ ਸ਼ੁਰੂ ਕਰਾਏ। ਇੱਥੇ ਕਾਫੀ ਪ੍ਰੋਗਰਾਮ ਨੇ ਜਿਹੜੇ 5 ਸਾਲ ਦੇ ਵਿੱਚ ਕਰਾਏ ਗਏ ਔਰ ਲੋਕਾਂ ਨੇ ਅਪਣਾਏ ਵੀ। ਮੈਂ ਸਮਝਦਾ ਕਿ ਇਹ ਸਾਰੇ ਪ੍ਰੋਗਰਾਮ ਜਿਹੜੇ ਹੈਗੇ ਨੇ, ਇਹਦੀ ਸਫਲਤਾ ਜਿਹੜੀ ਪ੍ਰੋਗਰਾਮ ਦੀ ਹੈਗੀ, ਇਹਦਾ ਸਿਰਾ ਸਿਰਫ ਔਰ ਸਿਰਫ ਤੁਹਾਡੇ ਸਾਰਿਆਂ ਦੇ ਸਿਰ 'ਤੇ ਜਾਂਦਾ ਜਿਨ੍ਹਾਂ ਨੇ ਇਸ ਸਾਰੇ ਪ੍ਰੋਗਰਾਮ ਨੂੰ ਅਪਣਾਇਆ। ਮੈਂ ਫਿਰ ਸਾਰਿਆਂ ਦਾ ਧੰਨਵਾਦੀ ਹਾਂ, ਜਿੱਥੇ ਬੰਦੀਆਂ ਦਾ ਸਭ ਧੰਨਵਾਦੀ ਹਾਂ ਜਿਨ੍ਹਾਂ ਨੇ ਆ ਕੇ ਔਰ ਸਾਡੀ ਇੱਥੋਂ ਦੀ ਇਸ ਸ਼ਹਿਰ ਦੀ ਸਥਾਪਨਾ ਦਿਵਸ ਦੀ ਸ਼ੁਰੂਆਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।